ਤਰਲੋਕ ਸਿੰਘ ਨਾਮ ਸੀ। ਅੱਛਾ ਸਿੱਖ ਸਿੱਖ ਨਾਮ ਜੀ ਸਾਹਿਬ ਜੋ ਪਹਿਲਾਂ ਤਰੂਮਾ ਸ਼ੁਰੂ ਕੀਤਾ ਤਾਂ ਨਾਮ ਸਰਦਾਰ ਤਰਲੋਕ ਸਿੰਘ। ਅੱਛਾ ਸਰਦਾਰ ਕਿਆ ਨਾਮ ਸੀ? ਤਰਲੋਕ ਸਿੰਘ। ਤਰਲੋਕ ਤਰਲੋਕ ਸਿੰਘ ਤਰਲੋਕ ਸਿੰਘ ਸਰਦਾਰ ਤਰੂਮਾ ਬਣਾਉਣਾ ਸ਼ੁਰੂ ਕੀਤਾ। ਅੱਛਾ ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਅੱਗੇ ਉਸਨੇ ਤੋਂ ਚੱਲਣਾ ਹੈ। ਅੱਛਾ ਉਹ ਸੁੱਖੋ ਨਹੀਂ ਸਨ ਇੱਥੇ? ਨਹੀਂ, ਇਹ ਵਾਲਦ ਦਾ ਕਤਨੇ ਕਿ ਜਦ ਮੈਂ 5ਵੀਂ ਜਮਾਤ ਵਿੱਚ ਪੜ੍ਹਨੇ ਤਾਂ ਜੀ ਜੀ ਉਸ ਦੇ ਲਈ ਤਾਰੀਖ ਜੀਓਗ੍ਰਾਫੀ ਦੀ ਇੱਕ ਬੁੱਕ ਹੋਣੀ ਸੀ। ਜੀ ਜੀ ਉਸਨੇ ਵਿੱਚ ਵੀ ਇਸ ਤਰ੍ਹਾਂ ਦੀ ਕਰਤਾ ਤਰੂਮਾ। ਭਾਈ ਜੀ ਅਗਰ ਤੁਸੀਂ ਸੁੱਖੋ ਉਸਨੇ ਹੋ ਤਾਂ ਸੁੱਖੋ ਤੁਸੀਂ ਨਾ ਜਿਹੜਾ ਸਪੈਸ਼ਲ ਤਰੂਆ ਉਹ ਨਹੀਂ ਖਾਦਾ ਤਾਂ ਫਿਰ ਤੁਸੀਂ ਨਾ ਸੁੱਖੋ ਉਸਨੇ ਨਾ ਕੋਈ ਫਾਇਦਾ ਨਹੀਂ। ਅੱਛਾ ਉੱਥੋਂ ਕਿ ਅੰਦਰ ਖੜ੍ਹਨੇ ਆ ਅਤੇ ਦੱਸਦੇ ਹਾਂ ਤਿਆਰ ਕਿਸ ਤਰ੍ਹਾਂ ਹੋਣਾ ਅਤੇ ਬਾਕੀ ਜਿੰਨਾ ਵੀ ਪ੍ਰੋਸੈਸ ਹੈ ਨਾ ਅੰਦਰ ਜੁੜਨੇ ਆ ਅਤੇ ਯਕੀਨ ਕਰੋ ਬਹੁਤ ਮਜ਼ੇ ਨਾਲ ਅਤੇ ਬਹੁਤ ਜਨਾਬ ਇਸ ਦਾ ਜ਼ਾਇਕਾ ਅਤੇ ਦੇਸੀ ਘਿਓ ਅਤੇ ਸ਼ੱਕਰ ਅਤੇ ਗੁੜ ਅਤੇ ਤਿਲ ਇਹ ਚੀਜ਼ਾਂ ਇਸਤੇਮਾਲ ਕਰਨੇ ਅੰਦਰ ਜੁੜਨੇ ਆ ਅਤੇ ਤੁਸੀਂ ਦੱਸਣੇ ਆ। ਬੜਾ ਮਸ਼ਹੂਰ ਆ ਪਟਵਾਰੀ, ਸਾਰੇ ਪਟਵਾਰੀ ਤਲੂਆ ਮਸ਼ਹੂਰ ਆ ਤੇ ਸੁੱਖੋ ਨੀ ਪਹਿਚਾਣ ਵੀ ਆ ਨਾ ਜੀ ਤੇ ਇਹ ਜਿਹੜਾ ਮਤਲਬ ਇਸਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਗੁੜ ਪੈਣਾ ਜੀ ਦੇਸੀ ਘਿਓ ਹੋਣਾ ਜੀ ਜੀ ਉਸ ਤੋਂ ਬਾਅਦ ਤਿਲ ਹੋਣੇ ਸੀ। ਅੱਛਾ ਤੇ ਬਾਕੀ ਤਾਂ ਇਲਾਚੀ ਵਗੈਰਾ ਬਦਾਮ ਖੋਬਾ ਮੇਵਾ। ਅੱਛਾ ਉਸ ਤੋਂ ਬਾਅਦ ਅੱਛਾ ਜਿਹੜੀ ਇੱਕ ਸਾਦੀ ਹੈ ਤੇ ਬਦਾਮਾ ਸ਼ਾਮਲ ਇਸ ਰੇਟ ਲਾਦਾ ਲਾਦਾ ਜੀ ਜੀ ਇਸ ਨੇ ਜੀ ਦੋ ਕਿਸਮ ਦਾ ਬਣਾਣੇ ਆ ਜੀ ਕਿ ਜਿਸ ਤਰ੍ਹਾਂ ਬਣਾਣੇ ਆ ਲੀਬਾ ਲਾ ਕੇ ਹੋ ਜੀ ਜੀ ਜਿਹੜਾ ਦਬਿਆਂ ਬਾਜ਼ਾਰ ਵਗੈਰਾ ਜੀ ਦੀ ਕਰਨਾ ਜੀ ਜੀ ਫਾਰਮੀ ਆ ਕੀ ਸਕਣੇ ਜੀ ਫਾਰਮੀ ਦੂਏ ਚ ਹੈ ਕਿ ਸਭ ਬਣੇ ਅਸਲੀ ਦੇਸੀ ਜੋ ਜੀ ਜਿਹੜਾ ਮਤਲਬ ਚਾਟੀਆਂ ਨਾਲ ਲੋਕ ਕਰਨ ਸਹੀ ਠੀਕ ਹੈ ਜੀ ਜਿਹੜਾ ਚਾਟੀਆਂ ਵਾਲਾ ਇੱਕੋ ਹੈ ਤੇ ਜਿਹੜਾ ਦੂਆ ਹੈ ਉਹ ਸਹੀ ਬਾਕੀ ਸਰਦੀਆਂ ਵੀ ਤੂੰ ਮਾਸ਼ਾਅੱਲਾ ਤੋਂ ਕੀ ਮਾੜਾ ਵੇਲ ਨਹੀਂ ਲਗਣੀ ਹੁਣ ਜੀ ਜੀ ਅਸਾਂ ਬਣਾਣੀ ਸਿਰਫ ਸਰਦੀਆਂ ਜੀ ਜੀ ਕਿਉਂਕਿ ਗਰਮੀਆਂ ਚ ਨਾ ਜ਼ਾਇਕਾ ਨਹੀਂ ਰਹਿਣਾ ਨਾ ਇਹ ਬਣਨਾ ਕਿਉਂਕਿ ਗਰਮੀਆਂ ਵਿੱਚ ਗਰਮੀਆਂ ਵਿੱਚ ਕੀ ਹੋਣਾ ਗਰਮੀਆਂ ਦੀ ਬਾਕੀ ਮਠਾਈ ਵਗੈਰਾ ਹੀ ਆ ਸਾੜੀ ਤੂੰ ਵੀ ਬਸ ਸੇਲ ਕਰਨੀ ਮਾਸ਼ਾਅੱਲਾ ਅਸੀਂ ਮਠਾਈ ਵੀ ਅਸਾਂ ਸਾਲਾ ਤੇ ਗ੍ਰਾਮ ਵੀ ਇਧਰ ਹੈ ਤੇ ਅਸਾਂ ਲੰਗਣੇ ਸਾਂ ਕੋਲ ਚੀਜ਼ਾਂ ਹੀ ਕੰਡੇ ਰਹਿਣੇ ਮਾਸ਼ਾਅੱਲਾ ਤੁਸਾਂ ਨੇ ਤਰੂਆ ਸਾਂ ਕੀ ਨਹੀਂ ਕਿਹਾ ਤੇ ਕਰਾਚੀ ਤੇ ਇੰਗਲੈਂਡ ਤੱਕ ਸਾਂ ਭੇਜਿਆ ਬੰਦੇ ਬੜੀ ਤਾਰੀਫ ਕਰਨੇ ਮਾਸ਼ਾਅੱਲਾ ਜੀ ਜੀ ਬਸ ਇੱਥੇ ਨਾ ਕੋਈ ਇਲਾਕੇ ਨਹੀਂ ਸਵਾਦ ਹੈ ਜੀ ਸਾਡੇ ਜੀ ਜੀ ਬਾਕੀ ਇਹ ਗੱਲ ਸਹੀ ਹੈ ਤੁਸਾਂ ਤੇ ਇਹ ਸੁੱਖੋ ਨਹੀਂ ਤੁਸਾਂ ਤਲੂਆ ਜਿਹੜਾ ਪਹਿਚਾਣ ਹੈ ਜੀ 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 ਅੱਛਾ ਅੰਦਰ ਹੋਰ ਵੀ ਕੋਈ ਦੁਕਾਨਾਂ ਥਈਆਂ ਨਹੀਂ ਆਪ ਨਹੀਂ ਜੀ ਬਸ ਮੈਂ ਨਾ ਪਰੀ ਦੁਕਾਨਾਂ ਹੀ ਆ ਜੀ ਅਲਹਮਦੁਲਿਲਾ ਸਾਡੇ ਕੀ ਫੀਲਡ ਵਿੱਚ ਤਕਰੀਬਨ 45 ਸਾਲ ਹੋਈ ਗਏ ਜੀ ਮਾਸ਼ਾਅੱਲਾ ਮਾਸ਼ਾਅੱਲਾ ਜੀ ਕਿਉਂਕਿ ਬਜ਼ੁਰਗ ਸਾਡੇ ਬਹੁਤ ਹੋਈ ਗਏ ਤਕਰੀਬਨ 3-1 ਸਾਲ ਹੋਈ ਗਏ ਉਹਨਾਂ ਦੀ ਸਹੀ ਬਹੁਤ ਜੀ ਤਕਰੀਬਨ ਉਹਨਾਂ 45 ਸਾਲ ਮੈਂ ਮਾਸ਼ਾਅੱਲਾ ਤੇ ਉਹ ਪਾਰੀ ਜਿਹੜੀ ਸਾਈਡ ਆ ਉਹ ਵੀ ਤੁਸੀਂ ਨਹੀਂ ਜਿਹੜੀ ਬਿਲਕੁਲ ਦੁਕਾਨ ਹੈ ਬਿਲਕੁਲ ਸਾਹਮਣੇ ਜਿਹੜੀ ਦੁਕਾਨ ਹੈ ਸਾਡੀ ਦੀ ਅੱਛਾ ਬ੍ਰਾਂਚ ਇਸ ਓਪਨ ਕਿਚਨ ਰੱਖਿਆ ਵੀ ਅੱਛਾ ਮਸਲਾ ਵੀ ਕੋਈ ਵੀ ਬੰਦਾ ਅੱਛੀ ਕਿਤ ਰੱਖ ਸਕਣਗੇ ਜੀ ਸਫਾਈ ਤੁਹਾਨੂੰ ਸਫਾਈ ਵੀ ਤੱਕ ਹੀ ਸਕਣੇ ਹੋ ਬਾਕੀ ਸਾਰਾ ਕੁਝ ਜਿਹੜਾ ਮਤਲਬ ਕਿਸ ਤਰ੍ਹਾਂ ਬਣਨੀ ਵੀ ਕੋਈ ਤਾਂ ਕੋਈ ਗੰਦ ਕੋਈ ਮੱਖੀ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਨਜ਼ਰ ਨਹੀਂ ਵੀ ਸਹੀ ਕਿ ਨੂੰ ਸਾਫ ਸੁਥਰਾ ਬਿਲਕੁਲ ਅਜੀ ਨਾ ਨਹੀਂ ਇਹ ਤੇ ਕਿਸ ਵਜ੍ਹਾ ਤੋਂ ਰੱਖਿਆ ਹੋਰ ਸੌਰੀ ਗੁਣਾ ਦਾ ਬਣਾਣੇ ਜੀ ਕੋਈ ਸਹੀ ਮਿਲਾਵਟ ਨਹੀਂ ਕੋਈ ਯਾਨੀ ਕਿ ਮਸਾਲਾ ਵਗੈਰਾ ਕੋਈ ਚੀਜ਼ ਨਹੀਂ ਜੀ ਅੱਛਾ ਗੁੜ ਵੀ ਜਿਹੜਾ ਸਭ ਤੋਂ ਅੱਛੀ ਕਿਸਮ ਦਾ ਗੁੜ ਹੈ ਮਸਾਲਿਆਂ ਤੋਂ ਪਾਕ ਗੁੜ ਆਣਨੇ ਜੀ ਸਾਂ ਬਸ ਰੇਂਜ ਕੋਸ਼ਿਸ਼ ਕਰ ਰਹੇ ਆ ਭਈ ਉਹ ਗੁੜ ਕਿਹਾ ਜੀ ਮਸਾਲਾ ਵਗੈਰਾ ਨਾ ਲਗਾ ਸਹੀ ਇਹ ਭਾਈ ਨੇ ਜੁੱਤੀਆਂ ਵੀ ਪਿੱਛੇ ਲਾਈਆਂ ਜੇ ਅੱਗੇ ਜੁੱਤੀਆਂ ਲਾਈ ਕੇ ਸੁਆ ਗਿਆ ਨਾ ਜਾ ਸਕਦੇ ਕਿਉਂਕਿ ਥੱਲੇ ਸਾਰੀ ਖਾਣੇ ਪੀਣੇ ਦੀਆਂ ਚੀਜ਼ਾਂ ਪਈਆਂ ਇਹ ਭਾਈ ਯਾਰ ਪੈਕਿੰਗ ਵਿੱਚ ਮਸਰੂਫ ਹੈ ਜੀ ਇਹ ਭਾਈ ਜੀ ਕਿਲੋ ਕਿਲੋ ਨਹੀਂ ਡੱਬੇ ਬਣਨੇ ਵੀ ਕਿਲੋ ਅੱਧਾ ਕਿਲੋ ਜੀ ਜੀ ਛੋਟੀ ਪੈਕਿੰਗ ਵਿੱਚ ਦੱਸਿਆ ਅੱਛਾ ਇੱਕ ਅੱਛਾ ਇਹ ਜਿਹੜਾ ਤੋਂ ਸ਼ੀਰੇ ਨਾਲ ਤਿਆਰ ਕੀਤਾ ਉਸਨੇ ਇੱਥੇ ਫਿਰ ਇਹ ਮਤਲਬ ਠੀਕ ਹੈ ਸਾਰਾ ਪ੍ਰੋਸੈਸ ਹੈ ਇਸਦਾ ਜਿਹੜਾ ਜੀ ਸਹੀ ਹੈ ਅੱਛਾ ਇਹ ਇਸਨੇ ਤੋਂ ਬਾਅਦ ਕਿੱਥੇ ਜਾ ਸੀ ਜੀ ਅੱਛਾ ਫਿਰ ਇਸਕੀ ਸਿੱਧਾ ਵੇਲਣੇ ਨਾਲ ਠੀਕ ਹੈ
अच्छा कितनी देरी विच मतलब ये हो जाना बिल्कुल खुश्क हो जाना एक टिक्की ना कि आधा एक घंटा प्रोसेस ले करना सारा बिल्कुल तैयार हो जाना आधे घंटे बाद है लगे इस बात को सही पहले स्टेप जो किसी का आखिरी स्टेप तक रहता है एक घंटा लेके सही माशाल्लाह जी अल्लाह ताला बरकत दे जी थोड़ा कारोबार ही अच्छा ये डब्बे भी तको जी जिन्हें भी समान पे आए सारे स्टील ने माशाल्लाह बने और साफ सुथरे बिल्कुल इस डब्बे तो किसी को तिल पे जी तिल भी बिल्कुल साफ तिल है इधर गुड़ तो शक्कर अच्छा ये खा लो शुरू किया नाम सरदार तरलोक सिंह अच्छा सरदार क्या नाम सी तरलोक तरलोक सिंह तरलोक सिंह सरदार नुमा बनाना शुरू किया अच्छा ठीक है जी उस तो बाद फिर अग्गे उसने तो चलना था अच्छा ओए सुखो नहीं सनी थे ने ए वालद का कितने कि जब पंजवी जमात पढ़ने थे ना जी जी उस लाइक तारीख ज्योग्राफी की बुक होनी थी जी जी उसने लिख लिया दी कर चार शुरू में अच्छा जड़ी सिलेबस विच जी जी बुक से हाई स्कूल ही थी बुक पढ़ाई जानी थी ना उसने बीच भी है अच्छा मतलब इतना नहीं सौगात है ये फोन कर वो थोड़ा पूछा है ना कि ये बहुत बदमी है मैं ना कि अगर नंगड़े हुई है दसना सा पे ये मतलब पोठोहार ना एक ना तारीखी इलाका है जड़ा सुखो को इच्छा है भाई जड़े बड़े बड़े रहे थे वो दसने जन की इच्छा ऊंठा तिजारत हो जी जी पर मरकज सी है एक मरकज मरकज जी जी जरा आप ही नो आजकल पिंडी पिंडी है ना थोड़ा जी जी बिल्कुल अच्छा एक सुखो सी है एक गुलियाना जी गुलियाना एक गुजर खान तू ज्यादा है मतलब मेन एरिया से निकल नहीं पठवार ने सही बड़ी असल रेवड़ी है ना जी रेवड़ी ओ भी इधर ही साड़ी नहीं है मतलब किस इलाके में सौगात है इस इलाके पहलवान का तजर्बा किया फिर उस दैनिक आप ब्रेक किया जी जी उस देसी के हो पाया उसने बहुत क्वालिटी की बहुत मेहनत की थी जी जी पहलवान ने अपनी इस वजह से चकवा के मचो सही बस एक पहचान बनी जानी ना जेड़ा बंदा कुछ चीज की अपनी हो दयानदारी ना दिखे उसकी करना इलाके विच सुना फिर नाम बनी जाना मशहूर हो जाना तो फिर बाकी जेड़ा भी बनाना हो सारे उस फिर भी ना उस बंदे ना जी जी साहब भी जी जी चलो जी अल्लाह ताला बरकत दे जी सुने कम विच ते मजीद तरक्की दे सो अच्छा असा विद्या भी अपने विद्या ते तकी सकने तुस अल्लाह काशी भाई रखाई के दसो भाई ये इन जायका किया जब सही से दसया झूठ ना बोले लेकिन असा नाजरीन की जरा सामने खाई के तो चेक करवाई था कि वीडियो ना बना जरा भी खान दियो माड़े के दियो ना सारे आप ही खा सो